ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਹਰਕੀਤ ਕੌਰ, ਆਪਣੇ ਚੈਨਲ 'ਤੇ ਸਵਾਗਤ ਹੈ। ਅਸੀਂ ਸਾਰੇ ਠੀਕ ਠਾਕ ਹਾਂ ਜੀ, ਵਾਹਿਗੁਰੂ ਦੀ ਕਿਰਪਾ ਨਾਲ। ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ। ਜਿਹੜਾ ਟਾਈਮ ਹੈ ਮੋਰਨਿੰਗ ਦੇ 6:30 ਦਾ ਟਾਈਮ ਹੈਗਾ, ਅਤੇ ਜੋ ਵੀ ਆਪਾਂ ਹੈ ਨਾ ਕੰਮ ਧੰਦੇ ਬਹੁਤ ਸਾਰੇ ਕਰ ਲਏ ਨੇਗੇ, ਬਹੁਤ ਸਾਰੇ ਰਹਿੰਦੇ ਨੇਗੇ, ਅਤੇ ਮੋਰਨਿੰਗ ਦੇ ਟਾਈਮ ਦੇ ਕੰਮ ਧੰਦੇ, ਅਤੇ ਅੱਜ ਸਾਨੂੰ ਉਮੀਦ ਹੈਗੀ ਆ ਸਾਡੇ ਲੇਬਰ ਦੇ ਕੰਮ ਨਿਬੜਨ ਦੀ। ਅਤੇ ਅੱਜ ਇੱਧਰ ਬਣਦਾ ਲੰਗਰ ਪਾਣੀ, ਰੋਟੀ ਅਤੇ ਲੋ ਜੀ ਇੱਧਰ ਬਣ ਰਹੀ ਆ ਰੋਟੀ ਅਤੇ ਭਾਂਡਿਆਂ ਦਾ ਢੇਰ। ਉਹ ਦੇਖੋ ਟੇ ਦੇ ਕਿਵੇਂ ਲੱਗੇ ਪਏ, ਉਹ ਮਾਂਜਣੇ ਨੇ। ਅਤੇ ਹੁਣ ਤਾਂ ਕਿਤਾਬ ਬੀਬੀਆਂ ਭੈਣਾਂ ਹੀ ਤਿਆਰ ਕਰੀਆਂ ਨੇਗੀਆਂ, ਅਤੇ ਬੀਬੀਆਂ ਭੈਣਾਂ ਤਿਆਰ ਕਰੀਆਂ ਨੇਗੀਆਂ ਸਰਦਾਰ ਜੀਆਂ ਨੂੰ ਖੇਤ ਤੋਰੇ, ਸਰਦਾਰ ਜੀਆਂ ਨੂੰ ਖੇਤ ਤੋਰਿਆ। ਬਾਹਲਾ ਕੰਮ ਪਿਆ, ਬਾਹਲਾ ਹੱਦੋਂ ਵੱਧ, ਤਾਂ ਹੀ ਨਾ ਸਵੇਰੇ ਬਲੌਗ ਸ਼ੁਰੂ ਨਹੀਂ ਹੁੰਦਾ ਹੈਗਾ, ਕਿਉਂਕਿ ਕੰਮ ਧੰਦੇ ਬਾਹਲੇ ਹੋ ਜਾਂਦੇ ਨੇ। ਇੱਕ ਹੱਥ 'ਚ ਕੰਮ ਹੁੰਦਾ, ਇੱਕ ਹੱਥ 'ਚ ਉਹ ਹੁੰਦਾ। ਇੱਧਰ ਹਜੇ ਮੇਰਾ ਝਾੜੂ ਰਹਿੰਦਾ ਲਾਉਣ ਵਾਲਾ, ਅਤੇ ਪਹਿਲਾਂ ਮੈਂ ਭਾਂਡਿਆਂ 'ਤੇ ਬਹਿਣੀ ਆ। ਬਾਹਲ ਇੱਕੋ ਇੱਕ ਹੋਇਆ ਪਿਆ, ਚਾਹ ਪਾਣੀ ਵਾਲਾ, ਸਬਜ਼ੀਆਂ ਵਾਲੇ ਸਾਰੇ। ਅਤੇ ਬੀਬੀਆਂ ਭੈਣਾਂ ਕਰਨੀ ਤਾਂ, ਅੱਜ ਮੱਝਾਂ ਕਰਨੀ ਤਾਂ ਮਗਰੋਂ ਹੀ ਜਾਇਆ ਜਾਊਗਾ। ਅਤੇ ਮੱਝ ਦੇ ਚੱਡੇ ਨੂੰ ਵੀ ਸੋਚ ਜੀ ਆਈ ਪਈ ਆ, ਝੋਟੀ ਜਿਹੜੀ ਸੂਣ ਵਾਲੀ ਹੈ ਇਹਦੀ। ਅਤੇ ਕੰਮ ਹੱਦੋਂ ਵੱਧ ਹੀ ਨੇ, ਕਰਨਾ ਤਾਂ ਮੈਂ ਕੂਲਰ ਬੰਦ ਅਤੇ ਕਰ ਗਈ ਪੱਖੇ ਬੰਦ, ਜਿਹੜਾ ਕੰਮ ਕਰਨਾ ਸੀ ਕਿ ਉਲਟ ਪੁਲਟ ਹੋ ਗਿਆ। ਫਿਰ ਨਵਾਉ ਨਾ, ਪਹਿਲਾਂ ਉੱਧਰੋਂ ਨਵੇੜਦਾ ਜਲਦੀ ਜਲਦੀ ਕੰਮ। ਅਤੇ ਇੱਕ ਇੱਧਰ ਮੱਝਾਂ ਕਰਨੀ, ਗੇੜਾ ਫੇੜਾ ਵੱਧ ਮਾਰਨਾ ਪੈਂਦਾ, ਸੂਣ ਵਾਲੀਆਂ ਝੋਟੀਆਂ ਨੇ ਆ ਦੋਨੇ ਜਿਹੜੀਆਂ ਖੜੀਆਂ ਨੇ, ਵਿਚਾਲੇ ਲਿਬੜੀਆਂ ਖੜੀਆਂ ਨੇ ਗੋਹੇ ਨਾਲ। ਫਿਰ ਨਵਾਵਾਂਗੇ ਉੱਧਰੋਂ ਕੰਮ ਨਵੇੜ ਕੇ, ਫਿਰ ਗੋਹਾ ਸਿੱਟ ਲਿਆ ਮੋਟਾ ਮੋਟਾ, ਫਿਰ ਦੁਬਾਰੇ ਸੰਭਰ ਕੇ ਸਿੱਟਾਂਗੇ। ਇਸ ਤਰ੍ਹਾਂ ਆਪਣੇ ਕੰਮ ਧੰਦੇ ਚੱਲਦੇ ਰਹੇ, ਜਿਹੜੇ ਜਿੰਨਾ ਚਿਰ ਖੇਤ ਰੋਟੀ ਦਾ ਨਹੀਂ ਨਿਬੜਦਾ ਉਹਨਾਂ 'ਚ ਕੋਈ ਨਿਬੜਦਾ ਨਹੀਂ ਕੰਮ। ਅਤੇ ਮਿਲਦੇ ਹਾਂ ਤੁਹਾਨੂੰ ਥੋੜ੍ਹੀ ਦੇਰ 'ਚ। ਲਓ ਜੀ, ਇਹ ਟਾਈਮ ਹੈਗਾ ਦੁਪਹਿਰ ਦਾ ਗਾ, ਅਤੇ ਆਪਣੇ ਚਾਹ ਧਾਰ ਰੱਖੀ ਹੈਗੀ, ਅਤੇ ਟਾਈਮ ਦੁਪਹਿਰ ਦਾ ਹੋਇਆ ਪਿਆ। ਇੱਧਰ ਮੈਂ ਧੋਤੇ ਹੋਏ ਨੇ ਚੌਲ, ਅਤੇ ਆਪਾਂ ਬਣਾਵਾਂਗੇ ਜੀ ਲੌਕੀ ਦੀ ਸਬਜ਼ੀ। ਹੱਥ ਨੇ ਬਹੁਤ ਦਿਨ ਹੋ ਗਏ ਸਾਨੂੰ, 15 ਦਿਨਾਂ ਵਾਂਗੂ ਹੋ ਗਏ ਜਦੋਂ ਆਪਾਂ ਚਾਰ ਪਾਇਆ ਸੀ ਨਾ, ਉਦੋਂ ਦੇ ਕੱਦੂ ਧਰੇ ਹੋਏ ਨੇਗੇ, ਕੱਦੂ ਦੀ ਸਬਜ਼ੀ ਉਦੋਂ ਧਰੀ ਹੋਈ ਹੈਗੀ। ਅਤੇ ਆਪਾਂ ਅੱਜ ਅੱਲਾਂ ਲੈਤੇ ਨੇ, ਅੱਲਾਂ ਦੀ ਸਬਜ਼ੀ ਬਣਾਵਾਂਗੇ। ਚੌਲ ਭਿਉਂਤੇ ਨੇ ਕਿਉਂਕਿ ਖਾਜੇ ਦੀ ਕੜਾਹੀ ਕਰਾਂਗੇ, ਅਤੇ ਖਾਜੇ ਦੀ ਕੜਾਹੀ ਹੈ ਨਾ ਆਪਾਂ ਨੂੰ ਪਤਾ ਹੀ ਚੱਲਦੀ, ਅਤੇ ਹੁਣ ਇੱਕ ਖੇਤ ਜੀਰੀ ਹੋਣ ਲਾਈ ਆ, ਹਜੇ ਇੱਧਰਲੇ ਖੇਤਾਂ ਨੇ ਪਹਿਲਾਂ ਕਰ ਦਿੱਤੀ ਅਤੇ ਕੜਾਹੀਆਂ, ਅਤੇ ਇੱਧਰਲੇ ਖੇਤ ਵਾਲੀ ਦੂਰ ਖੇਤ ਵਾਲੀ ਹੁਣ ਕਰਾਂਗੇ। ਅਤੇ ਕਿਉਂਕਿ ਫਿਰ ਹੁਣ ਲੇਬਰ ਵਾਲੇ ਅੱਜ ਦਾ ਦਿਨ ਨੇ ਮਿਲਾਜ ਨਿਬੜ ਜੂਗਾ ਵਾਹਿਗੁਰੂ ਦੀ ਕਿਰਪਾ ਨਾਲ, ਅਤੇ ਵਾਹਿਗੁਰੂ ਦੀ ਕਿਰਪਾ ਨਾਲ ਆਪਣਾ ਸਾਰਾ ਕੰਮ ਅੱਜ ਨਿਬੜ ਜੂਗਾ ਲੇਬਰ ਦਾ। ਅਤੇ ਬੱਸ ਆ ਗਈ, 1:15 ਹੋ ਗਿਆ, ਅਤੇ ਚਾਹ ਵੀ ਆਪਣੀ ਬਣ ਗਈ ਹੈਗੀ, ਅਤੇ ਦੁੱਧ ਪਾ ਲਿਆ ਚਾਹ ਦੇ ਵਿੱਚ, ਅਤੇ ਚੌਲ ਧੋ ਕੇ ਭਿਉਂ ਦਿੱਤੇ ਨੇਗੇ,
ਤੇ ਚਾਹ ਪੀ ਕੇ, ਕਿਉਂਕਿ ਜਿਹੜੀ ਖਾਜੇ ਦੀ ਕੜਾਹੀ ਹੁੰਦੀ ਉਹ ਪਿਛਲੇ ਪਹਿਰ ਬਣਦੀ ਹੈਗੀ, ਹੁਣ ਚੌਲ ਭਿਉਂ ਦਿੱਤੇ, ਚਾਹ ਪੀ ਕੇ ਫਿਰ ਆਪਾਂ ਕੜਾਹੀ ਬਣਾਵਾਂਗੇ, ਨਹੀਂ ਸਬਜ਼ੀ ਬਣਾ ਲਾਂਗੇ। ਅਤੇ ਬਾਕੀ ਇਹ ਕੜਾਹੀ ਆਪਾਂ ਕਹਿੰਦੇ ਨਾ ਬੋਰਾਂ ਨੂੰ ਮੋਟਰਾਂ ਨੂੰ ਵੀ ਚੰਗੀ ਹੈਗੀ, ਅਤੇ ਸਿਆਣੀਆਂ ਬੁੜੀਆਂ ਦੀ ਅੱਗਿਆਂ ਦੀ ਪੁਰਾਣੀਆਂ ਦੀ ਕਹਾਵਤ ਹੈ, ਕਹਿੰਦੇ ਬਾਦੇ ਦੀ ਵੀ ਹੁੰਦੀ ਆ ਕੜਾਹੀ। ਅਤੇ ਬਾਦਾ ਜੀ ਆਪੀ ਹੋ ਗਿਆ ਜਦੋਂ ਆਪਾਂ ਹੈ ਨਾ ਖਾਜੇ ਦੀ ਕੜਾਹੀ ਖੇਤੀ ਲਈ ਮੋਟਰਾਂ ਲਈ ਕਰਦੇ ਹਾਂ, ਪਾਣੀ ਲਈ ਕਰ ਦਿਆਂਗੇ। ਅਤੇ ਕਹਿੰਦੇ ਇਹ ਘਰ ਦੇ ਵਿੱਚ ਵੀ ਵਾਧਾ ਹੁੰਦਾ ਗਾ ਇਹ ਕੜਾਹੀ ਨਾਲ, ਅਤੇ ਆਪਾਂ ਨੂੰ ਇਕੱਲੀਆਂ ਮੋਟਰਾਂ ਨਾਲ ਨਹੀਂ ਹੁੰਦਾ, ਜਿੰਨਾ ਆਪਾਂ ਖਾਜੇ ਦੀ ਮਿੱਠਾ ਕਰਦੇ ਹਾਂ ਕਹਿੰਦੇ ਓਨਾ ਹੀ ਜ਼ਿਆਦਾ ਆਪਾਂ ਨੂੰ ਵਾਧਾ ਹੁੰਦਾ ਹੈਗਾ। ਅਤੇ ਸਿਆਣੀਆਂ ਬੁੜੀਆਂ ਦੀ ਜਿਹੜੀ ਕਾਢ ਕੱਢੀ ਹੋਈ ਆ ਹੈ ਨਾ, ਉਹ ਵਧੀਆ ਕੱਢੀ ਹੋਈ ਆ ਸਿਆਣੇ ਬੰਦਿਆਂ ਦੀ ਕਹਾਵਤ, ਅਤੇ ਆਪਾਂ ਸਿਆਣੇ ਬੰਦਿਆਂ ਦੀ ਗੱਲ ਮੰਨਦੇ ਨਹੀਂ ਹੈਗੇ, ਆਪਾਂ ਕਹਿੰਦੇ ਹੁੰਦੇ ਨੇ ਉਹੀ ਗੱਲ ਹੈ, ਔਰ ਦਾ ਖਾਧਾ ਸਿਆਣੇ ਦਾ ਕਹੇ ਕਹਿੰਦੇ ਹੁੰਦੇ ਬਾਅਦ 'ਚ ਸਵਾਦ ਆਉਂਦਾ ਹੈਗਾ, ਅਤੇ ਔਲੇ ਦੇ ਖਾਧੇ ਦਾ ਸਵਾਦ ਬਾਅਦ 'ਚ ਆਉਂਦਾ, ਸਿਆਣੇ ਦੀ ਗੱਲ ਕਹੀ ਕਹਾਵਤ ਦੀ ਕਹੀ ਗੱਲ ਦੀ ਆਪਾਂ ਨੂੰ ਸਮਝ ਦੇਰ ਤੋਂ ਆਉਂਦੀ ਹੈ, ਫਿਰ ਉਹ ਆਈ ਜਾਂ ਨਾ ਆਈ ਕੀ ਆਈ ਹੈ ਨਾ, ਇਹ ਫਿਰ ਆਪਾਂ ਪਛਤਾਉਣਾਂਗੇ। ਅਤੇ ਆਪਾਂ ਨੂੰ ਸਲਾਹ ਜ਼ਰੂਰ ਲੈਣੀ ਚਾਹੀਦੀ ਹੈਗੀ, ਅਤੇ ਘਰ ਦੇ ਵਿੱਚ ਵਾਧੇ ਲਈ ਵੀ ਕੜਾਹੀ ਕਰੀ ਜਾਂਦੀ ਹੈਗੀ। ਅਤੇ ਇੱਧਰ ਆਪਣੀ ਚਾਹ ਗੱਲਾਂ ਕਰਦੇ ਕਰਦੇ ਬਣ ਗਈ ਮੇਰੀ, ਅਤੇ ਬੀਬੀ ਦੀ ਵੀ ਚਾਹ ਹੈਗੀ, ਅਤੇ ਖੇਤ ਸਮਾਨ ਵੱਗ ਗਿਆ, ਅਤੇ ਖੇਤ ਵਾਲਿਆਂ ਦਾ ਤਾਂ ਦੂਰ ਖੇਤ ਦੀ ਇਹ ਮੌਜ ਹੁੰਦੀ ਹੈਗੀ, ਨਹੀਂ ਦੁਪਹਿਰੇ ਨਾ ਚਾਹ ਕਰਨੀ ਪੈਂਦੀ ਹੈਗੀ। ਅਤੇ ਚਲੋ ਜੀ ਮੈਂ ਚਾਹ ਪੀ ਲਾਂ, ਆਪਾਂ ਫਿਰ ਬਣਾਉਣੇ ਕੜਾਹੀ। ਲਓ ਜੀ ਆਪਣੀ ਕੜਾਹੀ ਬਣ ਗਈ ਹੈ, ਤੁਹਾਨੂੰ ਦਿਖਾਉਣਾਂਗੇ ਆਪਾਂ ਕੜਾਹੀ। ਹੁਣ ਤੁਸੀਂ ਕਹੋਗੇ ਵੀ ਇਹਦਾ ਰੰਗ ਲਾਲ ਨਹੀਂ ਹੋਇਆ, ਕਿਉਂਕਿ ਸਾਡਾ ਗੁੜ ਜਿਹੜਾ ਲਿਆਂਦਾ ਹੁਣ ਸਰਦਾਰ ਜੀ ਨੇ ਪਰਸੋਂ, ਉਹ ਚਿੱਟਾ ਹੈਗਾ ਥੋੜ੍ਹਾ ਜਿਹਾ, ਯਾਨੀ ਕਿ ਵੀ ਬਾਹਲਾ ਚਿੱਟਾ ਵੀ ਨਹੀਂ, ਜਿਵੇਂ ਦੇ ਬਸ ਚੌਲ ਨੇ ਐਵੇਂ ਦਾ ਹੀ ਰੰਗ ਗੁੜ ਦਾ ਵੀ, ਅਤੇ ਤਾਂ ਕਰਕੇ ਕਲਰ ਚੇਂਜ ਨਹੀਂ ਹੋਇਆ ਇਹਦਾ। ਦੇਸੀ ਘਿਓ ਪਾ ਕੇ ਕੜਾਹੀ ਆਪਾਂ ਨੇ ਬਣਾ ਦਿੱਤੀ ਹੈ, ਅਤੇ ਘਰ ਦੇ ਚੌਲ ਨੇ ਕੜਾਹੇ ਹੋਏ, ਅਤੇ ਆਪਾਂ ਹੁਣ ਇਹਨੂੰ ਲਾ ਕੇ ਕੜਾਹੀ ਨੂੰ ਜਿਹੜੀ ਮਾੜੀ ਮੋਚੀ ਮੋਟੀ ਕੱਚ ਪਿੱਲ ਹੋਣੀ ਉਹ ਬਸ ਭਾਫ ਨਾਲ ਹੀ ਢਲ ਜਾਣਗੇ, ਨਹੀਂ ਫਿਰ ਜਮੀ ਘਰ ਦੇ ਚੌਲ ਕਢਾਏ ਹੋਏ ਨੇ ਇੱਕ ਕਿਉਂ ਫਿਰ ਜਮੀ ਘੋਲੂਆ ਬਣ ਜਾਣਗੇ, ਜਿਹੜੇ ਮਾੜੀ ਮੋਟੀ ਕੱਚ ਆ ਉਹ ਭਾਫ ਨਾਲ ਢਲ ਜਾਣਗੇ। ਠੀਕ ਹੈ ਜੀ, ਅਤੇ ਆਪਾਂ ਪਤੀਲਾ ਲਾਉਂਦੇ ਹਾਂ ਅਤੇ ਫਿਰ ਮਿਲਦੇ ਹਾਂ। ਲਓ ਜੀ ਮੈਂ ਚੌਲ ਲਾਹੇ, ਅਤੇ ਮੈਨੂੰ ਨਾ ਚੁੱਲ੍ਹੇ 'ਤੇ ਸਾਹ ਆ ਜੂਗੀ ਹੁਣ, ਚੌਲ ਧਰ ਕੇ ਨਾ ਮੈਂ ਸਬਜ਼ੀ ਨੂੰ ਤੜਕਾ ਲਾ ਲਿਆ ਗਾ, ਕਿਉਂਕਿ ਹੁਣ ਬਾਹਰ ਡਾਉਣੀ ਆ, ਇੱਥੇ ਬਹਿ ਕੇ 2 ਮਿੰਟ ਤੁਹਾਡੇ ਨਾਲ ਗੱਲਾਂ ਕਰਦੀ ਹਾਂ। ਬਹੁਤ ਸਾਰੀਆਂ ਨਵੀਆਂ ਭੈਣਾਂ ਜੁੜੀਆਂ ਨੇ ਅਤੇ ਉਹ ਸਵਾਲ ਕਰਦੀਆਂ ਨੇਗੀਆਂ, ਅਤੇ ਮੈਂ ਉਹਨਾਂ ਨੂੰ ਸਵਾਲਾਂ ਦੇ ਜਵਾਬ ਦਿੰਦੀ ਹਾਂ। ਬਾਕੀ ਨਾ ਜਿਹੜੇ ਤੁਸੀਂ ਪਹਿਲਾਂ ਵਾਲੇ ਸਾਰੇ ਮੇਰੇ ਵਿਊਵਰ ਨੇਗੇ, ਅਤੇ 4 ਸਾਲ ਤੋਂ ਗਰਮੀ ਆ ਗਈ ਚੁੱਲ੍ਹੇ ਅੰਦਰ, 4 ਸਾਲ ਹੋ ਜਾਣਗੇ ਆਪਣੇ ਮਹੀਨੇ ਕੁ ਨੂੰ, 2 ਮਹੀਨਿਆਂ ਨੂੰ 4 ਸਾਲ ਹੋ ਜਾਣਗੇ ਚੈਨਲ ਬਣਾਏ ਨੂੰ। ਜਿਹੜੇ ਵੀ ਤੁਸੀਂ ਮੇਰੇ ਵੀਰ ਭਾਈ ਪਿਛਲੇ 4 ਸਾਲਾਂ ਤੋਂ ਲਗਾਤਾਰ ਬਹੁਤ ਸਾਰੇ ਵੀਡੀਓ ਦੇਖਦੇ ਨੇ ਹੈ ਨਾ, ਉਹਨਾਂ ਦਾ ਤਹਿ ਦਿਲੋਂ ਧੰਨਵਾਦ। ਜਿਹੜੇ ਨਵੇਂ ਜੁੜੇ ਨੇ ਜੀ ਉਹ ਪੁੱਛਦੇ ਨੇ ਹੈ ਨਾ, ਰਾਤ ਬਹੁਤ ਸਬਸਕ੍ਰਾਈਬਰ ਆਏ ਆਪਾਂ ਨੂੰ ਆਹ ਵੀਡੀਓ 'ਤੇ, ਅਤੇ ਆਪਾਂ ਨੂੰ ਪਤਾ ਲੱਗਦਾ ਵੀ ਆਹ ਵੀਡੀਓ 'ਤੇ ਇੰਨੇ ਸਬਸਕ੍ਰਾਈਬਰ ਆ ਗਏ ਅਤੇ ਇੰਨੇ ਆ ਗਏ ਹੈ ਨਾ, ਅਤੇ ਤੁਹਾਡਾ ਧੰਨਵਾਦ ਜੀ, ਤੁਸੀਂ ਸਾਡੇ ਨਾਲ ਨਵੇਂ ਜੁੜੇ ਹੋਵੋਗੇ। ਅਤੇ ਭੈਣਾਂ ਜਿਹੜੇ ਨਵੀਆਂ ਜੁੜੀਆਂ ਨੇ ਉਹਨਾਂ ਨੇ ਸਵਾਲ ਕਰੇ ਨੇ ਇੱਕ ਦੋ, ਮੈਂ ਦੱਸ ਦਿੰਦੀ ਹਾਂ। ਊਂ ਤਾਂ ਨਾ ਜਿਹੜੇ ਆਪਣੇ ਪਹਿਲਾਂ ਵਾਲੇ ਵਿਊਵਰ ਨੇ
ਤੁਸੀਂ ਨਾਲ ਹੁੰਦੇ ਜਿਹੜੇ ਨਵੇਂ ਵਿਊਵਰ ਜੁੜਦੇ ਨੇ ਪਰਿਵਾਰ ਬਾਰੇ ਪੁੱਛਦੇ ਨੇ ਨਾ, ਤੁਸੀਂ ਪਰਿਵਾਰ ਬਾਰੇ ਤੁਸੀਂ ਆਪ ਹੀ ਦੱਸ ਦਿਆ ਕਰੋ ਹੈ ਨਾ। ਕਈ ਵਾਰੀ ਮੈਂ ਭੁੱਲ ਜਾਣੀ ਹੈਗੀ, ਅਤੇ ਭੈਣਾਂ ਪੁੱਛਦੀਆਂ ਨੇ ਜਿਹੜੀਆਂ ਨਵੀਆਂ ਜੁੜੀਆਂ ਨੇ, ਤੁਹਾਡੇ ਪਰਿਵਾਰ 'ਚ ਕੌਣ ਕੌਣ ਹੈ ਜੀ? ਸਾਡਾ ਪਰਿਵਾਰ ਹੈਗਾ ਜੀ ਛੋਟਾ ਜਿਹਾ ਪਿਆਰਾ ਜਿਹਾ ਪਰਿਵਾਰ ਹੈ ਸਾਡਾ। ਸਾਡੇ ਪਰਿਵਾਰ 'ਚ ਸਾਡੀਆਂ ਦੋ ਬੇਟੀਆਂ ਨੇਗੀਆਂ, ਅਤੇ ਸਰਦਾਰ ਜੀ ਅਤੇ ਮੈਂ ਚਾਰ ਜਣੇ ਹਾਂ ਅਸੀਂ, ਅਤੇ ਪੰਜਵੀਂ ਸਾਡੀ ਬੀਬੀ ਹੈਗੀ, ਅਤੇ ਜਾਣੀ ਕਿ ਮੇਰੀ ਸੱਸ ਜੀ, ਅਤੇ ਅਸੀਂ ਪੰਜ ਜਣੇ ਹਾਂ। ਅਤੇ ਸੇਮਾ ਸਾਡੇ ਪਾਪਾ ਜੀ ਨੇ ਜਿਹੜੇ ਮੇਰੇ ਜੇਠ ਨਾਲ ਨੇਗੇ, ਅਤੇ ਉੱਧਰ ਬਾਗੇ, ਅਤੇ ਸਾਡੇ ਨਾਲ ਸਾਡੀ ਸੱਸੂ ਮਾਂ। ਹੁਣ ਤੁਸੀਂ ਜਿਹੜੇ ਨਵੇਂ ਵਿਊਵਰ ਜੁੜ ਰਹੇ ਨੇ, ਹੁਣ ਤੁਸੀਂ ਪੁੱਛੋਗੇ ਵੀ ਉੱਧਰ ਉਹ ਕਿਉਂ ਵਾਗੇ, ਅਤੇ ਉੱਧਰ ਉਹ ਖੁਸ਼ੀ ਨਾਲ ਹੀ ਵਾਗੇ ਜੀ। ਅਤੇ ਲਓ ਜੀ, ਇਹ ਹੈਗੇ ਨੇ ਸਵਾਲਾਂ ਦੇ ਜਵਾਬ। ਇੱਕ ਭੈਣ ਨੇ ਕਮੈਂਟ ਕੀਤਾ ਸੀ, ਦੀਦੀ ਤੁਸੀਂ ਦੁੱਧ ਕੜਾਹੀ 'ਚ ਕਿਉਂ ਗਰਮ ਕਰਦੇ ਹੋ, ਤੁਸੀਂ ਪਤੀਲੇ 'ਚ ਕਿਉਂ ਨਹੀਂ ਕਰਦੇ? ਪਤੀਲੇ 'ਚ ਦੁੱਧ ਮੈਂ ਦੀਦੀ ਕਿਉਂ ਨਹੀਂ ਗਰਮ ਕਰਦੀ, ਤੁਹਾਨੂੰ ਇਹ ਵੀ ਕਾਰਨ ਦੱਸਦੀ ਹਾਂ। ਪਤੀਲੇ 'ਚ ਮੈਂ ਦੁੱਧ ਇਸ ਕਰਕੇ ਨਹੀਂ ਕਰਦੀ ਕਿਉਂਕਿ ਨਹੀਂ ਤਾਂ ਮੈਨੂੰ ਚੱਕਣਾ ਸੌਖਾ ਹੈਗਾ, ਕੁੰਡੇ ਫੜ ਕੇ ਮੈਂ ਚੱਕ ਲੈਣੀ ਆ ਕੜਾਹੀ 'ਚ। ਅਤੇ ਨਾ ਇਹ ਕੜਾਹੀ ਮੈਂ ਸਪੈਸ਼ਲ ਦੁੱਧ ਵਾਸਤੇ ਹੀ ਲੈਤੀ ਹੈ, ਦੁੱਧ ਗਰਮ ਕਰਨ ਵਾਸਤੇ ਹੀ ਲੈਤੀ ਹੈ। ਸਬਜ਼ੀ ਵਾਲੀ ਕੜਾਹੀ ਅੱਡ ਹੈ ਮੇਰੇ ਕੋਲ, ਚਾਹ ਡੱਬੂ ਅੱਡ ਹੈਗਾ, ਅਤੇ ਕੜਾਹੀ ਦੁੱਧ ਇਹ ਸਪੈਸ਼ਲ ਮੈਂ ਦੁੱਧ ਵਾਸਤੇ ਲੈਤੀ। ਜਿਹੜੇ ਆਪਾਂ ਹੁਣ ਪਤੀਲੇ 'ਚ ਦੁੱਧ ਕਰ ਦਿਆਂਗੇ, ਪਤੀਲੇ 'ਚੋਂ ਫਿਰ ਆਪਾਂ ਨੂੰ ਕੜਾਹੀ 'ਚ ਕੱਢਣਾ ਪੈਂਦਾ। ਇਹ ਸਪੈਸ਼ਲ ਮੇਰੀ ਦੁੱਧ ਵਾਲੀ ਕੜਾਹੀ ਹੈ, 'ਚ ਮੈਂ ਕੁਛ ਨਹੀਂ ਬਣਾਉਂਦੀ ਕਿਉਂਕਿ ਜਿੱਦੇ ਵੱਧ ਲੇਬਰ ਹੋਵੇ ਉਦੋਂ ਸਬਜ਼ੀ ਦੇ ਸਕਮਾ ਬਣਾ ਰਹਾ, ਫਿਰ ਦੱਬ ਦੱਬ ਕੇ ਮਾਂਜਣੀ ਪੈਂਦੀ ਹੈ। ਇਹ ਸਪੈਸ਼ਲ ਮੇਰੀ ਦੁੱਧ ਵਾਲੀ ਕੜਾਹੀ ਹੈ, ਇਹਦੇ ਵਿੱਚ ਮੈਂ ਦੁੱਧ ਹੀ ਬਾਲਦੀ। ਅਤੇ ਇਸ ਭੈਣਾਂ ਦੇ ਜਵਾਬ, ਅਤੇ ਖਾ ਕੇ ਰੋਟੀ ਆਨੰਦ ਆ ਗਿਆ, ਭੈਣ ਨੇ ਕਮੈਂਟ ਕੀਤਾ ਸੀ। ਅਤੇ ਭਾਂਡੇ ਆਪਾਂ ਵੀ ਬਾਅਦ 'ਚ ਮਾਂਜ ਲੈਣੇ ਹੁੰਦੇ ਹਾਂ ਜੀ, ਪਹਿਲਾਂ ਸਾਰੇ ਭਾਂਡੇ ਮਾਂਜ ਕੇ ਫਿਰ ਖਾਣਾ ਖਾਂਦੇ ਹਾਂਗੇ ਆਪਾਂ, ਅਤੇ ਜਿਹੜੇ ਸਾਡੇ ਸਿਰ ਮਗਰ ਸੱਸ ਨੂੰ ਵਾਲੇ ਭਾਂਡੇ ਰਹਿ ਜਾਂਦੇ ਨੇ, ਉਹ ਅਸੀਂ ਮਾਂਜ ਲੈਂਦੇ ਹਾਂ। ਠੀਕ ਹੈ, ਅਤੇ ਧੰਨਵਾਦ ਤੁਹਾਡਾ, ਅਤੇ ਸਵਾਲ ਕਰਨ ਲਈ ਅਤੇ ਜਵਾਬ ਹੈ ਨਾ। ਆਪਣੇ ਨਾਲ ਹੁੰਦੇ ਬਹੁਤ ਸਾਰੇ ਵਿਊਵਰ ਤਾਂ ਦੇ ਹੀ ਦਿੰਦੇ ਨੇ ਜਵਾਬ, ਬਹੁਤ ਸਾਰੀਆਂ ਭੈਣਾਂ ਪੁੱਛਦੀਆਂ ਨੇ ਤੁਸੀਂ ਏ ਸੀ ਉੱਪਰ ਕਿਉਂ ਲਵਾ ਲਿਆ, ਆਪਣੇ ਦੋ ਏ ਸੀ ਲੱਗੇ ਹੋਏ ਨੇ। ਜਿਹੜੇ ਨਵੇਂ ਵਿਊਵਰ ਜੁੜੇ ਨੇ ਉਹਨਾਂ ਨੂੰ ਨਹੀਂ ਪਤਾ, ਅਤੇ ਜਿਹੜੇ ਪਹਿਲਾਂ ਵਾਲੇ ਨੇ ਉਹ ਤੁਹਾਨੂੰ ਨਾਲ ਹੁੰਦੇ ਹੇਠਾਂ ਜਵਾਬ ਰਿਪਲਾਈ ਦਿੰਦੇ ਨੇ, ਹੈ ਨਹੀਂ ਜੀ ਵੀ ਦੋ ਏ ਸੀ ਨੇ, ਗਰਮੀ ਨਹੀਂ ਮਾਰਦੇ, ਰਿਸ਼ਤੇਦਾਰਾਂ ਨੂੰ ਠੰਡ 'ਚ ਹੀ ਰੱਖਦੇ ਨੇਗੇ, ਅਤੇ ਵੀ ਦੋ ਏ ਸੀ ਨੇ ਤੁਹਾਨੂੰ ਜਵਾਬ। ਜਿਹੜੇ ਨਾਲ ਹੁੰਦੇ ਭੈਣ ਭਾਈ ਜਵਾਬ ਮੇਰੇ ਨਾਲ ਜੁੜੇ ਨੇ ਕਿਸੇ ਦੇ 4 ਸਾਲਾਂ ਤੋਂ, ਉਹ ਜਵਾਬ ਸਹੀ ਵੀ ਦਿੰਦੇ ਨੇਗੇ ਜੀ। ਅਤੇ ਤੁਸੀਂ ਐਂ ਨਾ ਕਿਹਾ ਕਰੋ ਵੀ ਤੁਸੀਂ ਦੀਦੀ ਦੇ ਮੂੰਹੋਂ ਹੀ ਸੁਣ ਲਾਂਗਾ ਜਵਾਬ, ਅਤੇ ਉਹ ਜਵਾਬ ਜੀ ਬਿਲਕੁਲ ਸਹੀ ਦਿੰਦੇ ਨੇ, ਉਹ ਵੀ ਆਪਣੇ ਪਰਿਵਾਰ ਦੀ ਤਰ੍ਹਾਂ। ਜਿਹੜਾ ਹੁਣ ਤੁਸੀਂ ਨਵੇਂ ਜੁੜਦੇ ਹੋ, ਤੁਸੀਂ ਵੀ ਸਾਨੂੰ ਪਰਿਵਾਰ ਦੀ ਤਰ੍ਹਾਂ ਹੀ ਹੋ ਹੈ ਨਾ, ਅਤੇ ਆਪਾਂ ਇੱਕ ਪਰਿਵਾਰ ਹਾਂ। ਤੁਸੀਂ ਹੁਣ ਤੱਕ ਮੈਨੂੰ ਸਪੋਰਟ ਕਰਦੇ ਆ ਰਹੇ ਹੋ, ਹੁਣ ਵੀ ਕਰੋਗੇ, ਅਤੇ ਤੁਹਾਡੇ ਸਿਰ 'ਤੇ ਮੇਰਾ ਚੈਨਲ ਬਹੁਤ ਵਧੀਆ ਗਲੋ ਕਰ ਰਿਹਾ ਹੈਗਾ, ਅਤੇ ਤੁਹਾਡਾ ਧੰਨਵਾਦ। ਅਤੇ ਅੱਗੇ ਵੀ ਤੁਸੀਂ ਹੈ ਨਾ ਮੇਰੀ ਬਹੁਤ 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 ਸਪੋਰਟ ਕਰਨੀ ਹੈਗੀ, ਅਤੇ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਜ਼ਰੂਰਤ ਹੈ। ਮੈਂ ਐਂ ਨਹੀਂ ਕਹਿੰਦੀ ਹੈਗੀ ਵੀ ਮੈਨੂੰ ਤੁਹਾਡੀ ਲੋੜ ਨਹੀਂ, ਮੈਨੂੰ ਸਾਰਿਆਂ ਦੀ ਬਹੁਤ ਬਹੁਤ ਜ਼ਰੂਰਤ ਹੈਗੀ ਹੈ ਨਾ। ਅਤੇ ਵੱਧ ਤੋਂ ਵੱਧ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਹੁਣ ਵੀ ਮੈਂ ਰੋਜ਼ ਵੀਡੀਓ ਬੋਲਦੀ ਹਾਂ। ਜਿਹੜੇ ਸਬਸਕ੍ਰਾਈਬਰ ਕਰੇ ਹੋਏ ਨੇ ਵੀਰ ਭੈਣਾਂ ਨੇ ਚੈਨਲ, ਉਹ ਘੱਟ ਦੇਖਦੇ ਨੇਗੇ, ਅਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਹੋਇਆ ਉਹ ਜ਼ਿਆਦਾ ਦੇਖਦੇ ਨੇ। ਜਿਹੜੇ ਅਨਸਬਸਕ੍ਰਾਈਬਰ ਦੇਖਦੇ ਨੇ ਜ਼ਰੂਰ ਹੈ ਨਾ ਆਪਣਾ ਚੈਨਲ ਸਬਸਕ੍ਰਾਈਬ ਕਰੋ, ਸਪੋਰਟ ਕਰੋ। ਅਤੇ ਬਸ ਇੱਕ ਮੱਖੀ ਜੀ ਇਹੀ ਤੰਗ ਕਰਦੀ ਹੈ। ਚਲੋ ਜੀ, ਹੁਣ ਫਿਰ ਮੈਂ ਹੈ ਨਾ ਮਸਾਲਾ ਮਸੂਲਾ ਰਗੜ ਕੇ 3 ਵਜਣ ਵਾਲੇ ਨੇ ਮੈਂ ਸਬਜ਼ੀ ਬਣਾ ਲਾਂ, ਅਤੇ ਹੁਣ ਅੱਗ ਵਾਧੂ ਜਾਈ ਜਾਂਦੀ ਹੈ, ਮੈਂ ਚੁੱਲ੍ਹੇ 'ਤੇ ਧਰ ਲੈਣੀ ਆ ਸਬਜ਼ੀ। ਕੜਾਹੀ ਨਾ ਲੋਟ ਨਹੀਂ ਸੀ ਆਉਂਦੀ, ਫਿਰ ਹਲਕੀ ਹਲਕੀ ਅੱਗ 'ਤੇ ਬਣਾਈ ਆ ਕੜਾਹੀ ਮੈਂ।
ਤਾਂ ਕਰਕੇ ਹੁਣ ਕਹਿੰਦੇ ਸੀ 3 ਵਜੇ 3:15 ਲੈਣ ਆਵਾਂਗੇ, 2:45 ਦਾ ਟਾਈਮ ਹੈਗਾ। ਹੁਣ ਮਸਾਲਾ ਰਗੜ ਕੇ ਮੈਂ ਬਣਾਉਣੀ ਆ ਜੀ ਸਬਜ਼ੀ। ਸਬਜ਼ੀ ਬਣਾ ਕੇ ਫਿਰ ਮਿਲਦੇ ਹਾਂ ਆਪਾਂ। ਰੰਗ ਧੁੱਪ ਚਲੇ ਵਰਨੇ ਕਾਲੇ ਕਰਤੇ। ਬਸ ਵਾਹਿਗੁਰੂ ਦੀ ਕਿਰਪਾ ਹੈਗੀ ਆਪਣਾ, ਅੱਜ ਲਾਸਟ ਦਿਨ ਹੈ ਆਉਂਦੇ ਸਾਲ 'ਤੇ। ਗੱਲ ਜਾ ਪਈ ਸਾਲ 'ਤੇ, ਫਿਰ ਅਸੀਂ ਝੱਟਾ ਹੁੰਦੀਆਂ ਸਾਲ ਬਾਅਦ। ਸਾਡੇ 1 ਮਹੀਨਾ ਬਹੁਤ ਜ਼ਿਆਦਾ ਕੰਮ ਹੈ, ਸਾਰੇ ਰਿਸ਼ਤੇਦਾਰ ਕਹਿੰਦੇ ਨੇ ਤੁਸੀਂ ਕਾਲੇ ਹੋ ਗਏ ਕਾਲੇ ਹੋ ਗਏ, ਫਿਰ ਕੀ ਕਰੀਏ ਜੀ ਗਰਮੀ 'ਚ, ਹੈ ਨਾ, ਕੰਮ ਬਹੁਤ ਰਹਿੰਦਾ ਗਾ। ਅਸੀਂ ਮੇਰੇ ਤਾਂ ਹੁਣ ਸੁੱਖ ਨਾਲ ਅਸੀਂ ਰਹੂਗਾ ਕੰਮ, ਇੰਨੀ ਗਰਮੀ 'ਚ ਹੁਣ ਸੁੱਖ ਨਾਲ ਮੱਝਾਂ ਸੂਣ ਵਾਲੀਆਂ ਨੇ, ਅਤੇ ਆਪਣਾ ਤਾਂ ਇਸ ਤਰ੍ਹਾਂ ਹੀ ਕੰਮ ਆ। ਕੰਮ ਕਰਮ ਵਾਲਿਆਂ ਨੂੰ ਹੁੰਦਾ, ਭਾਗਾਂ ਵਾਲਿਆਂ ਨੂੰ ਹੁੰਦਾ ਜੀ, ਅਤੇ ਕੰਮ ਆਪਣੇ ਇਸ ਤਰ੍ਹਾਂ ਜਾਰੀ ਰਹਿਣਗੇ। ਰੋਜ਼ ਵਲੌਗ ਵੀ ਤੁਹਾਨੂੰ ਵਧੀਆ ਮਿਲਿਆ ਕਰਨਗੇ, ਤਾਜ਼ੇ ਤਾਜ਼ੇ ਵਲੌਗ ਹੀ ਮਿਲਦੇ ਨੇਗੇ, ਬੇਹਾ ਕੋਈ ਨਹੀਂ ਹੁੰਦਾ ਸੱਜਾ। ਲਓ ਜੀ ਆਪਾਂ ਮਸਾਲਾ ਗ੍ਰਾਇੰਡ ਕਰ ਲਿਆ। ਕੱਦੂ ਦੀ ਸਬਜ਼ੀ 'ਚ ਦੇਸੀ ਘਿਓ ਦਾ ਤੜਕਾ, ਬੀਬੀ ਭਾਂਡੇ ਧੋਂਦੀ ਹੈ ਹੁਣ ਕੜਾਹੀ ਪਾਊਗੀ, ਕਿੰਨੀ ਕੁੰਨੀ ਧੋਂਦੀ ਹੈਗੀ, ਕਿਉਂ ਚਾਹ ਕਿੰਨੀ ਧੋ ਕੇ ਰੱਖ ਲਾ ਫਿਰ ਪਾਉਣ ਵੇਲੇ ਚੀਜ਼ ਤਾਂ ਧੋਣੀ ਪੈਂਦੀ ਹੈਗੀ। ਹਾਜੀ ਦੀ ਕੜਾਹੀ, ਕੁਲਵੀਰ ਲੈ ਗਈ ਜੋ ਕੜਾਹੀ, ਕੀ ਪਤਾ ਹੁਣ ਪਾ ਕੇ ਧਰਦੇ, ਹੈ ਨਾ, ਪੁੱਛਦੀ ਹਾਂ ਉਹਨਾਂ ਨੇ, ਫਿਰ ਕੁਲਵੀਰ ਨੂੰ ਫੋਨ ਕਰਦੇ, ਉਹਨਾਂ ਕੋਲ ਮੋਟਰਸਾਈਕਲ ਪਤਾ ਨਹੀਂ ਹੁਣ ਕਿਵੇਂ ਕਰਨਗੇ, ਮੈਨੂੰ ਤਾਂ ਤੂੰ ਪਿਆਰ ਹੀ ਰੱਖ ਦੇ, ਕੋਈ ਤਾਂ ਲੈ ਕੇ ਜਾਊਗਾ ਜੀ, ਕੋਈ ਤਾਂ ਲੈ ਕੇ ਜਾਊਗਾ ਜੀ। ਆਹ ਪਤੀਲਾ ਵਿਹਲਾ ਕਰਦੀ ਫਿਰ ਮੈਂ ਮਾਂ ਜੀ ਦਿਓ ਚੱਕ ਲਈ। ਹਾਂ ਕਿੰਨਾ ਸੋਹਣਾ ਕਲਰ ਆ, ਹੈਨਾ, ਗੁੜਾ ਲਾਲ ਤਾਂ ਰਾਹੀਂ ਨਹੀਂ ਹੋਇਆ, ਭਾਫ ਨਾਲ ਹੀ ਢਲ ਗਏ ਲਾਹੇ, ਤਾਂ ਮੈਂ ਬਹੁਤ ਟਾਈਮ ਦੇਣੇ ਸੀ, ਪਹਿਲਾਂ ਧੁੱਪ ਕਰਕੇ ਬੈਠੀ ਰਹੀ ਇੱਥੇ, ਮਹਾਵੀਰ ਤਾਲ ਧਰੂੰਗੀ। ਸਬਜ਼ੀ ਉਹਨਾਂ ਦਾ ਜੀ ਅੱਕਿਆ ਪਿਆ, ਰੋਜ਼ ਹੀ ਕੜਾਹੀਆਂ ਕਰ ਖਾਂਦੇ ਨੇ ਵਿਚਾਰੇ, ਜਿਹੜੇ ਲੇਬਰ ਵਾਲੇ ਨੇ, ਜਿਹੜੇ ਜਾਂਦੇ ਨੇ ਉਹੀ ਕੜਾਹੀ ਕਰਦਾ, ਜਿਹੜੇ ਜਾਂਦੇ ਨੇ ਉਹੀ ਕੜਾਹੀ ਕਰਦਾ ਉਹਨਾਂ ਨੂੰ, ਕਿਉਂ ਫਿਰ ਆ ਲਗਾਇਆ, ਚਲ ਜਿੰਨੀ ਵੰਡੀ ਜਾਊ ਵਧੀਆ, ਹੈ ਨਾ, ਖਾਂਦੇ ਥੋੜ੍ਹੀ ਥੋੜ੍ਹੀ ਹੋਈ ਨੇਗੇ। ਹੋਰ ਲਓ ਜੀ ਹੁਣ ਆ ਗਿਆ ਆਪਾਂ ਮੱਝਾਂ ਵਿੱਚ, ਸਬਜ਼ੀ ਨੂੰ ਤੜਕਾ ਲਾਇਆ ਏ, ਅਤੇ ਕੜਾਹੀ ਬੀਬੀ ਨੇ ਪਾ ਦਿੱਤੀ ਹੈ ਕੇਨੀ ਦੇ ਵਿੱਚ, ਨੇ ਮੈਂ ਮੱਝਾਂ ਨੂੰ ਗੋਹਾ ਮਗਰ ਹਟਾਉਣ ਆਈ ਸੀ, ਨੇ ਮੈਂ ਗੇੜਾ ਮਾਰਨ ਆਈ ਸੀ, ਅਤੇ ਜਿਹੜੀ ਆ ਮੱਝ ਆਪਣੀ ਪਹਿਲਾਂ ਮੱਝ ਸੂਗੀ ਆਹ ਵਾਲੀ, ਅਤੇ ਜਮ੍ਹਾਂ 3 ਸਾਲ ਦੀ ਹੋ ਗਈ, 1 ਤਰੀਕ ਨੂੰ 1 ਅਗਸਤ ਨੂੰ 3 ਸਾਲ ਦੀ ਹੋ ਗਈ ਇਹ, ਬਸ 2 ਦਿਨ ਲੈ ਜੇ 3 ਦਿਨ ਲੈ ਜੇ, ਹੈ ਨਾ, ਸੂਕੂਗੀ ਆਪਣੀ ਮੱਝ, ਕਹਿੰਦੇ ਫਿਰ ਮੱਝ 'ਚ ਮੈਂ ਮੱਝਾਂ ਕਹਿੰਦੇ ਮੈਂ ਗੇੜਾ ਮਾਰ ਜਾਣੀ ਹੈਗੀ, ਅਤੇ ਨਾ ਮੈਂ ਆਪਦਾ ਗੋਹਾ ਗੂਹਾ ਮਗਰ ਹਟਾ ਜਾਣੀ ਹੈਗੀ, ਇਸ ਕਰਕੇ ਬਸ ਆਪਣੇ ਕੰਮ ਚੱਲੀ ਜਾਂਦੇ ਨੇ, ਅਤੇ ਆਪਾਂ ਭੈਣਾਂ ਦੇ ਕੰਮ ਇਸ ਤਰ੍ਹਾਂ ਦੇ ਨੇ, ਵੀਰਾਂ ਦੇ ਖੇਤਾਂ ਦੇ ਨਹੀਂ ਮੁੱਕਦੇ, ਭੈਣਾਂ ਦੇ ਘਰਾਂ ਦੇ ਨਹੀਂ ਮੁੱਕਦੇ, ਬਸ ਇਸ ਤਰ੍ਹਾਂ ਹੀ ਕੰਮ ਚੱਲੀ ਜਾਂਦੇ ਨੇਗੇ। ਧੰਨਵਾਦ ਤੁਹਾਡਾ ਵੀਡੀਓ ਦੇਖਣ 'ਤੇ।
ਤੇ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ। ਤੇ ਹੁਣ ਬਸ ਮੈਂ ਆਪਦਾ ਕੰਮ ਕਰਦੀ ਆ, ਮੱਝਾਂ ਕੰਨੀਆਂ ਆ ਗਈਆਂ, 3 ਵੱਜ ਗਏ ਨੇ, 3 ਵੱਜ ਕੇ ਉੱਤੇ ਹੋ ਗਏ 2-4 ਮਿੰਟ। ਤੇ ਨਵਾਂ ਗੋਹਾ ਗੂਹਾ ਮਗਰ ਹਟਾਉਣੀਆਂ ਨੇ, ਇਹਨਾਂ ਨੂੰ ਦੇਖਦੀ ਹਜੇ ਬਣਦੀ ਤਾਂ ਅੱਧਾ ਘੰਟਾ ਕਾਣੂਆ, 3:30 ਵਜੇ ਬੰਨੂਗੀ ਕਿਉਂਕਿ ਗਾਹ ਵਾਲਾ ਪਾਇਆ ਪਿਆ ਅੱਜ, ਪਤਾ ਨਹੀਂ ਕਿਉਂ ਉਹ ਝੋਟੀਆਂ ਸਾਰਾ ਗੋਹਾ ਵੱਢਤਾ, ਉਹ ਚੰਗੀ ਤਰ੍ਹਾਂ ਇਕੱਠਾ ਕਰਕੇ ਮਾਂਜਾ ਜਿਹਾ ਮਾਰ ਦਿਓ ਥੱਲੇ, ਨਹੀਂ ਫਿਰ ਵਾਲਾ ਰੇਤਾ ਜਿਹਾ ਪੱਟ ਦਿੰਦੀਆਂ ਨੇ ਹੈਗੀਆਂ। ਅਤੇ ਨਾਲ ਦੀ ਨਾਲ ਮੈਂ ਜਿਵੇਂ ਗੇੜਾ ਜਦੋਂ ਉਹਦਾ ਗੇੜ ਜਿਵੇਂ ਉਹ ਵੀ ਗੇੜਾ ਵੱਜਦਾ ਇੱਧਰ ਫੌੜੇ ਨਾਲ ਇਕੱਠਾ ਕਰ ਜਾਣ ਨਾਲ ਹੁੰਦੇ ਗੋਹਾ, 3 ਵਜੇ ਸਿੱਟਣ ਵੇਲੇ ਸੌਖਾ ਰਹਿੰਦਾ, ਨਹੀਂ ਫਿਰ ਸਿੱਟਦਾ ਮੈਂ ਹੁੰਦੀ ਹਾਂ 5:30 ਵਜੇ ਗੋਹਾ। ਅਤੇ ਕਿਉਂਕਿ ਠੰਡ ਹੋ ਜਾਂਦੀ ਨੇ ਫਿਰ ਆਥਣ ਤੱਕ, ਫਿਰ ਤੜਕੇ ਨੂੰ ਥੋੜ੍ਹਾ ਹੋ ਜਾਂਦਾ ਗਾ ਜੇ ਆਪਾਂ ਲੇਟ ਸਿੱਟਦੇ ਹਾਂ, ਕਿਹੜਾ ਆਪਾਂ ਦੂਰ ਜਾਣਾ, ਰੂੜੀ ਆਪਣੇ ਵਿੱਚ ਹੀ ਹੈ, ਨਵੇਂ ਵਿਊਵਰਾਂ ਨੂੰ ਦੱਸਦੀ ਹਾਂ ਰੂੜੀ ਆਪਣੀ ਵਿੱਚ ਹੀ ਹੈ, ਪੁੱਛਦੇ ਸੀ ਤੁਹਾਡਾ ਕਿਵੇਂ ਦਾ ਘਰ ਆ, ਕਿਵੇਂ ਘਰ ਤੁਸੀਂ ਵੀਡੀਓ ਦੇਖ ਲਿਓ ਤੁਹਾਨੂੰ ਪਤਾ ਲੱਗ ਜੂ, ਵਿੱਚ ਹੀ ਵਿਹੜੇ ਦੇ ਵਿੱਚ ਹੀ ਆਪਣਾ ਚਾਰ ਹੈ, ਵਿਹੜੇ ਦੇ ਵਿੱਚ ਹੀ ਆਪਣੀ ਰੂੜੀ ਹੈ, ਵਿਹੜਾ ਆਪਣਾ ਹੈਗਾ 26-27 ਵਿਸਵਿਆਂ ਦਾ, ਅਤੇ ਸਾਰਾ ਕੁਛ ਵਿਹੜੇ ਦੇ ਵਿੱਚ ਹੀ ਹੈ, ਤੁਸੀਂ ਦੇਖੋਗੇ ਵੀਡੀਓ ਤੁਹਾਨੂੰ ਪਤਾ ਲੱਗੂਗਾ। ਬਾਕੀ ਜਿਵੇਂ ਤੁਹਾਨੂੰ ਤੁਸੀਂ ਸਵਾਲ ਕਰੋਗੇ, ਚਾਹੇ ਮੈਂ ਜਵਾਬ ਦੇਵਾਂ, ਚਾਹੇ ਆਪਣੇ ਪਹਿਲਾਂ ਵਾਲੇ ਵੀਰ ਭੈਣ ਜਿਹੜੇ ਵਿਊਵਰ ਜੁੜੇ ਹੋਏ ਨੇ ਉਹ ਜਵਾਬ ਦੇਣਗੇ, ਹੈ ਨਾ। ਅਤੇ ਮਿਲਾਂਗੇ ਆਪਾਂ ਕੱਲ੍ਹ ਨੂੰ ਕਿਸੇ ਨਵੇਂ ਵਲੌਗ ਨਾਲ, ਸਾਰੇ ਮੇਰੇ ਭੈਣ ਭਾਈਆਂ ਬਾਰੇ ਵੀ ਪਤਾ ਲੱਗ ਜੂ, ਮੇਰੇ ਰਿਸ਼ਤੇਦਾਰਾਂ ਬਾਰੇ ਵੀ ਪਤਾ ਲੱਗ ਜੂ, ਹੈ ਨਾ ਤੁਹਾਨੂੰ। ਅਤੇ ਮਿਲਾਂਗੇ ਆਪਾਂ ਕੱਲ੍ਹ ਨੂੰ ਕਿਸੇ ਨਵੇਂ ਵਲੌਗ ਨਾਲ, ਅੱਜ ਦੇ ਇੱਥੇ ਐਂਡ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।